ਰੋਜ਼ ਹੀ ਰਣਨੀਤੀ ਕੋਈ ਨਾ ਕੋਈ ਨਵੀਂ ਬਣਾਉਣੀ ਪੈਂਦੀ ਹੈ, ਕਿਉਂਕਿ ਅਕਾਲੀ ਦਲ ਸੰਘਰਸ਼ 'ਚੋਂ ਨਿਕਲਿਆ ਅਤੇ ਸੰਘਰਸ਼ਾਂ ਦੇ ਵਿੱਚ ਹੀ ਰਹਿੰਦਾ। ਇੱਕ ਅਸੀਂ ਸਟੇਟ ਦੀ ਪਾਰਟੀ ਹਾਂ, ਸਟੇਟ ਦੀ ਪਾਰਟੀ ਕਰਕੇ ਸਾਨੂੰ ਕੰਮ ਵੀ ਜ਼ਿਆਦਾ ਕਰਨਾ ਪੈਂਦਾ। ਸੋ ਸੰਤਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਸੂਬੇ ਵਾਸਤੇ, ਲੋਕਾਂ ਵਾਸਤੇ, ਅਤੇ ਸਾਡੀ ਕੋਸ਼ਿਸ਼ ਹੋਏਗੀ ਕਿ ਉਹਨਾਂ ਦੀ ਬਰਸੀ ਦੇ ਉੱਤੇ ਵੱਧ ਤੋਂ ਵੱਧ ਇਕੱਠ ਕਰਕੇ ਸੰਗਤਾਂ ਨੂੰ ਕੋਈ ਨਵਾਂ ਸੰਦੇਸ਼ ਆ ਜਿਹੜਾ ਉਹ ਦਿੱਤਾ ਜਾਵੇ। ਸੋ ਸਾਡੀ ਪੂਰੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਇਕੱਠ ਉਸ ਬਰਸੀ 'ਤੇ ਕੀਤਾ ਜਾਵੇ। ਇਕੱਠ ਹੀ ਜਿੰਨਾ ਵੱਡਾ ਹੋ ਜਾਏਗਾ ਉਹੀ ਸੱਚੀ ਉਹਨਾਂ ਨੂੰ ਸ਼ਰਧਾਂਜਲੀ ਹੋਏਗੀ, ਬਾਕੀ ਤਾਂ ਭਾਸ਼ਣ ਹੁੰਦੇ ਆ ਲੀਡਰ ਸਾਹਿਬਾਨ ਦੇ, ਉਹ ਹਾਲਾਤ ਦੇ ਮੁਤਾਬਕ ਦਿੱਤੇ ਜਾਣੇ ਆ। ਦਿੱਲੀ ਤੋਂ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਜਾਂ ਉਹਨਾਂ ਦੇ NDA ਦੇ ਨਾਈਜ ਨੇ, ਉਹਨਾਂ ਦੇ ਲੀਡਰ ਵੀ ਇੱਥੇ ਇਸ ਵਾਰੀ ਆਉਣ। ਬਾਕੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਅਤੇ ਸਾਰੀ ਲੀਡਰਸ਼ਿਪ ਵੀ ਅਕਾਲੀ ਦਲ ਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਸਾਰੀ ਆਏਗੀ ਅਤੇ ਸਾਡੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਅਤੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਸਮਾਗਮ ਵਿੱਚ ਸ਼ਮੂਲੀਅਤ ਕਰਨ।